ਬਰੇਟਾ ਮੰਡੀ ਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਦਾ ਕਾਜੜਾ ਲੈ ਕੇ ਆਏ ਨੇ। ਤੇ ਆਪਾਂ ਨੇ ਇਹਨਾਂ ਨੂੰ ਮਤਲਬ 12,000 ਰੁਪਏ ਸੀਟ ਤੋਂ ਸਟਾਰਟ ਕੀਤਾ ਹੋਇਆ ਜੀ। ਬਹੁਤ ਸੋਹਣੀ ਕੁਆਲਿਟੀ ਦਾ, ਕਿਉਂਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਬਰੇਟਾ ਮੰਡੀ ਦੇ ਵਿੱਚ ਇਹ ਐਡਾ ਵੱਡਾ ਜਿਹੜਾ ਲਗਜ਼ਰੀ ਜਿਹੜਾ ਸੋਫੇ ਦਾ ਜਿਹੜਾ ਸ਼ੋਅਰੂਮ ਜਿਹੜਾ ਖੁੱਲ੍ਹ ਚੁੱਕਿਆ। ਜੋ ਵੀ ਫਰਨੀਚਰ ਉਹ ਮੈਨੂੰ ਕਹਿਣਗੇ ਮੈਂ ਉਹਨਾਂ ਨੂੰ ਵਟਸਐਪ ਕਰੂੰਗਾ, ਅਤੇ ਉਹਨਾਂ ਨੂੰ ਨਾਲ ਨਾਲ ਰੇਟਸ ਵੀ ਦੂੰਗਾ ਸਾਰੇ। ਬੈਸਟ ਟੂ ਬੈਸਟ ਰੇਟ ਹੋਣਗੇ ਆਪਣੇ ਲੋਕਾਂ ਨਾਲੋਂ, ਆਪਣੇ ਘੱਟੋ ਘੱਟ 25% ਦਾ ਫਰਕ ਹੋਊਗਾ ਬਾਜ਼ਾਰ ਨਾਲੋਂ। ਕੀ ਪਹਿਲਾ ਜ਼ਮਾਨਾ ਹੁੰਦਾ ਸੀ, ਸੰਦੂਕ ਰੱਖੇ ਕਰਦੇ ਸੀ ਲੋਕ ਆਪਦੇ ਘਰਾਂ 'ਚ, ਪੋਟ ਰੱਖੇ ਕਰਦੇ ਸੀਗੇ ਵਧੀਆ ਲੱਕੜ ਦੀ ਫਿਨਿਸ਼ 'ਚ, ਮਤਲਬ ਕਿ ਪੋਟ ਹੋ ਗਏ, ਸੰਦੂਕ ਹੋ ਗਏ ਜੀ, ਸਾਈਡ ਟੇਬਲ ਹੋ ਗਏ, ਜਿਵੇਂ ਦੇਖੋ ਲੱਕੜ ਦੇ ਵਿੱਚ ਆਪਣੇ ਕੋਲ ਕਲੋਕਸ ਹੋ ਗਏ। ਲੋ ਜੀ, ਅਸੀਂ ਬਰੇਟਾ ਆ ਚੁੱਕੇ ਹਾਂ। ਫਰਨੀਚਰ ਦੇਖਦੇ ਦੇਖਦੇ ਅੱਜ ਅਸੀਂ ਬਾਈ ਜੀ ਦੇ ਸ਼ੋਰੂਮ ਦੇ ਵਿੱਚ ਪਹੁੰਚ ਗਏ। ਸਾਡੇ ਪੁਰਾਣੇ ਮਿੱਤਰ ਦੇ ਦੱਸਿਆ ਕਿ ਸਾਡੇ ਬੇਟੇ ਨੇ ਇੱਥੇ ਸ਼ੋਰੂਮ ਜਿਹੜਾ ਨਵਾਂ ਬਣਾਇਆ, ਤਾਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ। ਬਰੇਟੇ ਦੇ ਵਿੱਚ ਤੁਸੀਂ ਸ਼ੋਰੂਮ ਜਿਹੜਾ ਲੈ ਕੇ ਆਏ ਹੋ, ਕੀ ਕੁਛ ਹੈ ਤੁਹਾਡੇ ਕੋਲ ਜੀ? ਬਿਲਕੁਲ, ਅਸੀਂ ਮਤਲਬ ਅਸੀਂ ਸੋਫਾ ਹੋ ਗਿਆ, ਮਹਾਰਾਜਾ ਸਟਾਈਲ ਸੋਫੇ ਹੋ ਗਏ, ਡਾਇਨਿੰਗ ਸੈੱਟ ਹੋ ਗਏ ਜੀ, ਮਤਲਬ ਬੈਡਸ ਹੋ ਗਏ ਜੀ, ਲਗਜ਼ਰੀ ਸਾਰੇ ਆਪਣੇ ਜੀ 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 ਠੀਕ ਹੈ ਜੀ। ਮਤਲਬ ਟੋਟਲੀ ਜਿੰਨਾ ਫਰਨੀਚਰ ਆਪਣੇ ਵਿਆਹ ਸ਼ਾਦੀਆਂ 'ਚ ਚੱਲਦਾ ਹੈਗਾ ਜੀ ਉਹ ਹੋ ਗਿਆ, ਅਤੇ ਜਿੰਨਾ ਆਪਾਂ ਟੋਟਲੀ ਆਪਣੇ ਘਰਾਂ 'ਚ ਚੱਲਦਾ, ਆਫਿਸ 'ਚ ਚੱਲਦਾ, ਸਿਨੇਮਾ 'ਚ ਚੱਲਦਾ, ਹੋਟਲ 'ਚ ਚੱਲਦਾ, ਆਪਣੇ ਨੇੜੇ ਤੇੜੇ ਮਤਲਬ ਬਰੇਟਾ ਮੰਡੀ ਦੇ ਨੇੜੇ ਤੇੜੇ ਇਨ 100 ਕਿਲੋਮੀਟਰ ਦੇ ਵਿੱਚ ਵਿੱਚ ਆਪਣੇ ਇਹ ਜਿਹਾ ਫਰਨੀਚਰ ਕਿਤੇ ਵੀ ਮਿਲਦਾ ਨਹੀਂ ਗਾ। ਮੈਂ ਦੇਖਣ ਨੂੰ ਇਸ ਪਤਾ ਲੱਗ ਰਿਹਾ, ਮੈਂ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਵਾਰ ਥੋੜ੍ਹਾ ਜਿਹਾ ਜ਼ੂਮ ਕਰਕੇ ਦਿਖਾ ਦਿੱਤਾ ਜਾਵੇ। ਫਰਨੀਚਰ ਬਰੇਟਾ ਮੰਡੀ ਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਦਾ ਕਾਜੜਾ ਲੈ ਕੇ ਆਏ ਨੇ। ਇਹ ਆਫਿਸਰ ਲੁੱਕ ਦੇ ਸੋਫਾ ਆ ਗਏ ਜੀ 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 ਕਿਆ ਬਾਤ ਹੈ, ਆਫਿਸਰ ਲੁੱਕ ਦਾ ਕਿਆ ਬਾਤ ਹੈ। ਮਾਨਸਾ ਜ਼ਿਲ੍ਹੇ ਨੂੰ ਬੈਕਵਰ ਏਰੀਆ ਦੱਸਣ ਵਾਲਿਆਂ ਨੂੰ ਤੁਸੀਂ ਜਿਹੜਾ ਬਹੁਤ ਵੱਡਾ ਜਿਹੜਾ ਇਹ ਖਿਤਾਬ ਦਿੱਤਾ ਕਿ ਅਸੀਂ ਆਪਦੇ ਸ਼ਹਿਰ ਦੇ ਵਿੱਚ ਰਹਿ ਕੇ ਅਸੀਂ ਇੰਨਾ ਖੂਬਸੂਰਤੀ ਦੇ ਨਾਲ ਜਿਹੜੇ ਸੋਫੇ ਤਿਆਰ ਆ, ਇਹ ਖੁਦ ਤੁਸੀਂ ਤਿਆਰ ਕਰਾ ਰਹੇ ਹੋ? ਬਿਲਕੁਲ, ਸਾਡੀ ਸਾਰੀ ਇਨ ਹਾਊਸ ਮੈਨੂਫੈਕਚਰਿੰਗ ਹੈ, ਟੋਟਲੀ ਏ ਟੂ ਜ਼ੈਡ ਜੀ। ਸਾਡੇ ਕੋਲ ਬਾਕੀ ਟਰਕਿਸ਼ ਫਰਨੀਚਰ ਵੀ ਹੁੰਦਾ ਜੀ, ਜਿਵੇਂ ਕਿ ਦੇਖੋ ਟਰਕੀ ਦੇ ਵਿੱਚ ਸਾਡੇ ਕੋਲ ਡਾਇਨਿੰਗ ਹੋ ਗਏ, ਸੈਂਟਰ ਟੇਬਲ ਹੋ ਗਏ, ਚੇਅਰਸ ਹੋ ਗਈਆਂ, ਮਤਲਬ ਬਾਕੀ ਜੋ ਵੀ ਵੁੜਨ ਦੇ ਵਿੱਚ ਹੋਊਗਾ ਜਾਂ ਫਿਰ ਫੁੱਲ ਕੱਪੜੇ ਦੇ ਵਿੱਚ ਹੋਊਗਾ ਉਹ ਸਾਰਾ ਅਸੀਂ ਇੱਥੇ ਖੁਦ ਹੀ ਮੈਨੂਫੈਕਚਰਿੰਗ ਕਰ ਦਿਆਂਗੇ। ਅਤੇ ਬਾਕੀ ਸਾਡੇ ਜਿਹੜੇ ਰੇਟ ਰੱਖੇ ਹੋਏ ਨੇ ਕਿ ਜਿਵੇਂ ਲੋਕ ਨਾਭਾ ਚਲੇ ਜਾਂਦੇ ਨੇ, ਪਟਿਆਲਾ ਚਲੇ ਜਾਂਦੇ ਨੇ, ਗੁੜਗਾਓਂ ਚਲੇ ਜਾਂਦੇ ਨੇ ਜੀ, ਵੀ ਇੱਥੇ ਆਪਣੇ ਕੋਲ ਵਧੀਆ ਫਰਨੀਚਰ ਮਿਲੂਗਾ ਆਪਾਂ ਨੂੰ, ਮਹਿੰਗੇ ਰੇਟ 'ਚ ਮਤਲਬ ਹਾਈ ਫਾਈ ਫਰਨੀਚਰ ਮਿਲੂਗਾ, ਤਾਂ ਉਹਨਾਂ ਨੂੰ ਉੱਥੇ ਘੱਟੋ ਘੱਟ 16,000 ਰੁਪਏ ਸੀਟ ਇਹ ਜਿਹਾ ਸੋਫਾ, 16,000 ਰੁਪਏ ਸੀਟ ਤੋਂ 17,000 ਰੁਪਏ ਸੀਟ, 18,000 ਰੁਪਏ ਸੀਟ ਤੋਂ ਸਟਾਰਟ ਕਰਦੇ ਨੇਗੇ ਆਪਣੇ। ਜਸਟ ਇੱਕ ਇਹ ਮਤਲਬ ਕਿ ਲੋਕਾਂ ਨੂੰ ਮਹਿੰਗਾ ਨਾ ਲੱਗੇ, ਏਰੀਆ ਵਾਈਜ਼ ਵੀ ਆਪਾਂ ਨੂੰ ਮਹਿੰਗਾ ਨਾ ਲੱਗੇ, ਅਤੇ ਫਰਨੀਚਰ ਦੀ ਕੁਆਲਿਟੀ ਜਿਹੜੀ ਹੈਗੀ ਆਪਣੇ ਲੇਟੈਸਟ ਟੈਕਨੋਲੋਜੀ ਨਾਲ ਬਣਾਈ ਹੋਈ ਹੈ ਇਹ ਜੀ। ਅਤੇ ਆਪਾਂ ਨੇ ਇਹਨਾਂ ਨੂੰ ਮਤਲਬ 12,000 ਰੁਪਏ ਸੀਟ ਤੋਂ ਸਟਾਰਟ ਕੀਤਾ ਹੋਇਆ ਜੀ, ਬਹੁਤ ਸੋਹਣੀ ਕੁਆਲਿਟੀ ਦਾ। ਬਿਲਕੁਲ ਬਿਲਕੁਲ ਬਿਲਕੁਲ, ਦੇਖਣ 'ਚ ਪਤਾ ਲੱਗ ਰਿਹਾ, ਤਾਂ ਦੇਖ ਸਕਦੇ ਹੋ ਤੁਸੀਂ, ਬੈਠ ਕੇ ਦੇਖੀਏ ਬੜਾ ਜਿਹਾ ਕਿਆ ਬਾਤ ਹੈ, ਇੱਧਰ ਕਿਆ ਬਾਤ ਹੈ। ਮਹਾਰਾਜਾ ਵਰਗੇ ਤੁਸੀਂ ਜਿਹੜੇ ਸੋਫੇ ਤਿਆਰ ਕਰ ਰੱਖੇ ਨੇ, ਤਾਂ ਜੇ ਜਿੱਧਰ ਵੀ ਸਾਡੀ ਨਿਗਾਹ ਜਾ ਰਹੀ ਹੈ ਤਾਂ ਅਜਿਹਾ ਦੇਖਣ ਦੇ ਵਿੱਚ ਲੱਗ ਰਿਹਾ ਕਿ ਤੁਸੀਂ ਸਾਰਾ ਲਗਜ਼ਰੀ ਜਿਹੜਾ ਕੰਮ ਕਰ ਰੱਖਿਆ ਉਹ ਵੀ ਬਰੇਟਾ ਮੰਡੀ ਦੇ ਵਿੱਚ, ਬਹੁਤ ਵੱਡੀ ਗੱਲ ਹੈ। ਤਾਂ ਬੁਢਲਾਡੇ ਵਾਲਿਓ ਜਾਂ ਸਾਡੇ ਬਠਿੰਡੇ ਵਾਲਿਓ ਜਾਂ ਜਿੰਨੇ ਵੀ ਸਾਡੇ ਪੰਜਾਬ ਵਾਲੇ ਸਾਡੀ ਇਹ ਵੀਡੀਓ ਦੇਖਣਗੇ, ਤਾਂ ਕਿਰਪਾ ਕਰਕੇ ਤੁਸੀਂ ਬਾਈ ਦੀ ਸਪੋਰਟ ਕਰੋ। ਛੋਟੀ ਜਿਹੀ ਉਮਰ ਦੇ ਵਿੱਚ ਬਾਈ ਨੇ
ਬਾਈ ਨੇ ਹਾਲਾਂਕਿ ਬਾਹਰਲੇ ਮੁਲਕ ਜਾਣਾ ਸੀ ਅਤੇ ਬਾਹਰਲੇ ਮੁਲਕ ਨੂੰ ਕੈਂਸਲ ਕਰਕੇ ਆਪਦੀ ਇੱਥੇ ਮੰਡੀ ਦੇ ਵਿੱਚ ਹੁਣ ਐਡਾ ਵਧੀਆ ਜਿਹੜਾ ਇਹਨਾਂ ਨੇ ਬਿਜ਼ਨਸ ਜਿਹੜਾ ਤਿਆਰ ਕੀਤਾ ਤਾਂ ਲੋਕਾਂ ਨੂੰ ਇੰਨੀ ਵਧੀਆ ਜਿਹੜੀ ਸੁਵਿਧਾ ਬਾਈ ਆਪ ਦੇ ਰਹੇ ਨੇ ਤਾਂ ਬਹੁਤ ਵੱਡੀ ਗੱਲ ਆ। ਹੋਰ ਕੀ ਕਹਿਣਾ ਚਾਹੂੰਗੇ? ਹਾਂਜੀ, ਮਤਲਬ ਕਿ ਮੈਨੇ ਸੋਫਾ ਲਾਈਨ ਦੇ ਵਿੱਚ ਤਾਂ ਦੇਖੋ ਆਉਣਾ ਹੀ ਸੀਗਾ, ਕਿਉਂਕਿ ਮੇਰਾ ਸ਼ੁਰੂ ਤੋਂ ਸਾਡਾ ਪਾਪਾ ਦਾ ਬਿਜ਼ਨਸ ਹੋ ਗਿਆ, ਦੇਖੋ ਕਰਟਨ ਦਾ ਬਿਜ਼ਨਸ ਹੈ ਉਹਨਾਂ ਦਾ, ਮੈਟਰਸ ਖੁਦ ਮੈਨੂਫੈਕਚਰਿੰਗ ਕਰਦੇ ਨੇ ਉਹ, ਜਿਵੇਂ ਗੱਦੇ ਹੋ ਗਏ ਆਪਣੇ ਬੈੱਡਾਂ ਵਾਲੇ, ਬਲਾਈਂਡਸ ਹੋ ਗਈ ਜਿਹੜੀਆਂ ਆਫਿਸ ਬਲਾਈਂਡਸ ਲੱਗਦੀਆਂ ਨੇਗੀਆਂ, ਆਪਣੇ ਕੋਲ ਰਿਟੇਲ ਦਾ ਵੀ ਸਾਰਾ ਸਿਸਟਮ ਹੁੰਦਾ, ਜਿਵੇਂ ਕਿ ਰਜਾਈ ਹੋ ਗਈ, ਬਲੈਂਕਟਸ ਹੋ ਗਏ, ਬੈੱਡਸ਼ੀਟਸ ਹੋ ਗਈ, ਉਹ ਆਪਣਾ ਰਿਟੇਲ ਦਾ ਸ਼ੋਰੂਮ ਅਲੱਗ ਤੋਂ ਹੈ ਮਾਰਕੀਟ ਦੇ ਵਿੱਚ, ਕਰਟਨਸ ਦਾ ਅਲੱਗ ਤੋਂ ਆਪਣਾ, ਮਤਲਬ ਉਦੋਂ ਹੀ ਮੈਨੇ ਦੇਖਦੇ ਦੇਖਦੇ ਮੈਨੂੰ ਸ਼ੁਰੂ ਤੋਂ ਇੰਟਰਸਟ ਬਿਜ਼ਨਸ ਦੇ ਵਿੱਚ ਸੀਗਾ, ਤਾਂ ਕਰਕੇ ਮੈਂ ਮੈਨੂਫੈਕਚਰਿੰਗ ਸਾਰੀ ਸੋਫੇ ਦੀ ਸਟਾਰਟ ਕਰਤੀ। ਤਾਂ ਤੁਸੀਂ ਇੱਕ ਵਾਰ ਸਾਰਾ ਦਿਖਾ ਦਿੱਤਾ ਜਾਵੇ ਕਿ ਕਿੰਨਾ ਸੋਹਣਾ ਜਿਹੜਾ ਇੱਥੇ ਡਿਜ਼ਾਇਨ ਨੇ, ਤਾਂ ਜੇ ਗੱਲ ਕਰੀਏ ਤਾਂ ਬਹੁਤ ਹੀ ਸੋਹਣੇ ਜਿਹੜੇ ਡਿਜ਼ਾਇਨ ਤੁਸੀਂ ਦੇਖ ਸਕਦੇ ਹੋ। ਲੋਕਾਂ ਨੂੰ ਰਹਿੰਦਾ ਕਿ ਤੁਸੀਂ ਸਾਨੂੰ ਡਿਜ਼ਾਇਨ ਨਹੀਂ ਦਿਖਾਉਂਦੇ, ਤਾਂ ਅਸੀਂ ਅੱਜ ਉਹਨਾਂ ਨੂੰ ਡਿਜ਼ਾਇਨ ਦਿਖਾ ਰਹੇ ਹਾਂ। ਵੀ ਵੀਡੀਓ ਦੇ ਵਿੱਚ ਤੁਸੀਂ ਕੈਮਰਾਮੈਨ ਸਾਹਿਬ ਨੂੰ ਮੈਂ ਇਹ ਗੱਲ ਕਹੂੰਗਾ ਵੀ ਸਾਨੂੰ ਥੋੜ੍ਹਾ ਘੱਟ ਦਿਖਾਉਣ ਇਹ ਜਿਹੜੇ ਡਿਜ਼ਾਇਨ, ਲੋਕਾਂ ਨੂੰ ਵੱਧ ਦਿਖਾਉਣ, ਕਿਉਂਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਬਰੇਟਾ ਮੰਡੀ ਦੇ ਵਿੱਚ ਇਹ ਐਡਾ ਵੱਡਾ ਜਿਹੜਾ ਲਗਜ਼ਰੀ ਜਿਹੜਾ ਸੋਫੇ ਦਾ ਜਿਹੜਾ ਸ਼ੋਰੂਮ ਜਿਹੜਾ ਖੁੱਲ੍ਹ ਚੁੱਕਿਆ ਔਰ ਖੁਦ ਹੀ ਮੈਨੂਫੈਕਚਰਿੰਗ ਕਰਦੇ ਨੇ ਔਰ ਖੁਦ ਹੀ ਜਿਹੜਾ ਇਹ ਇਸ ਜਿਹੜੇ ਸੋਫੇ ਨੂੰ ਬਣਾਉਂਦੇ ਨੇ, ਅਤੇ ਲੋਕਾਂ ਤੱਕ ਜੇਕਰ ਕੋਈ ਵੀ ਵਿਅਕਤੀ ਅਗਰ ਤੁਹਾਡੇ ਕੋਲੋਂ ਕੋਈ ਪੰਜਾਬ ਦੇ ਕਿਸੇ ਏਰੀਏ 'ਚੋਂ ਜਾਂ ਕਿਤੇ ਵੀ ਤੁਹਾਡੇ ਕੋਲੋਂ ਕੋਈ ਅਗਰ ਸੋਫਾ ਅਗਰ ਮੰਗਵਾਉਣਾ ਚਾਹੁੰਦਾ ਤਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਨੇ, ਤਾਂ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਭੇਜੋਗੇ ਜੀ? ਸਰ, ਉਹਨਾਂ ਨੇ ਕੁਛ ਵੀ ਨਹੀਂ ਕਰਨਾ, ਉਹਨਾਂ ਨੇ ਸਾਨੂੰ ਕੰਟੈਕਟ ਕਰਨਾ ਹੈ ਜੀ, ਉਹਨਾਂ ਨੂੰ ਪੂਰਾ ਵਧੀਆ ਆਪਾਂ ਡੀਲ ਕਰਾਂਗੇ, ਔਨਲਾਈਨ ਵੀ ਬਹੁਤ ਵਧੀਆ ਡੀਲ ਕਰਾਂਗੇ ਉਹਨਾਂ ਨੂੰ ਜੀ ਜੀ, ਅਤੇ ਉਹਨਾਂ ਨੂੰ ਆਪਾਂ ਸਾਰੀ ਟੋਟਲੀ ਜੋ ਵੀ ਉਹਨਾਂ ਦਾ ਸੈਗਮੈਂਟ ਕਹਿਣਗੇ, ਡਾਇਨਿੰਗ ਕਹਿਣਗੇ, ਸੋਫਾ ਕਹਿਣਗੇ ਅਤੇ ਚੇਅਰਸ ਕਹਿਣਗੇ, ਜੋ ਵੀ ਉਹਨਾਂ ਨੂੰ ਚਾਹੀਦਾ ਹੋਊਗਾ, ਸਿਨੇਮਾ, ਰੈਸਟੋਰੈਂਟ, ਹੋਟਲ ਦਾ ਹੋ ਗਿਆ, ਆਫਿਸ ਦਾ ਹੋ ਗਿਆ, ਜੋ ਵੀ ਫਰਨੀਚਰ ਉਹ ਮੈਨੂੰ ਕਹਿਣਗੇ ਮੈਂ ਉਹਨਾਂ ਨੂੰ ਵਟਸਐਪ ਕਰੂੰਗਾ, ਅਤੇ ਉਹਨਾਂ ਨੂੰ ਨਾਲ ਰੇਟਸ ਵੀ ਦੂੰਗਾ ਸਾਰੇ, ਬੈਸਟ ਟੂ ਬੈਸਟ ਰੇਟ ਹੋਣਗੇ ਆਪਣੇ ਲੋਕਾਂ ਨਾਲੋਂ, ਆਪਣੇ ਘੱਟੋ ਘੱਟ 25% ਦਾ ਫਰਕ ਹੋਊਗਾ ਬਾਜ਼ਾਰ ਨਾਲੋਂ ਰੇਟਸ ਦਾ। ਤੁਹਾਨੂੰ ਮੈਂ ਇਹ ਨਹੀਂ ਕਹੂੰਗਾ ਕਿ 50% ਔਫ ਲਾਤੀ, 40% ਔਫ ਲਾਤੀ, 100% ਔਫ ਲਾਤੀ, ਇੱਕ ਨਾਲ ਇੱਕ ਚੀਜ਼ ਫ੍ਰੀ ਕਰਤੀ, ਸਾਡੇ ਕੋਲ ਉਹ ਸਿਸਟਮ ਨਹੀਂ ਹੈਗਾ ਜੀ। ਤਾਂ ਬਹੁਤ ਵੱਡੀ ਤੁਸੀਂ ਗੱਲ ਕਹਿ ਰਹੇ ਹੋ, ਜਿੰਨੇ ਵੀ ਵੀਡੀਓ ਦੇਖ ਰਹੇ ਹੋ, ਇਹ ਜਦੋਂ ਕੋਈ ਨੌਜਵਾਨ ਇਸ ਇੰਡਸਟਰੀ ਦੇ ਵਿੱਚ ਜਦੋਂ ਕੋਈ ਪੈਰ ਰੱਖਦਾ ਤਾਂ ਉਹ ਬੜਾ ਸੋਚ ਸਮਝ ਕੇ ਰੱਖਦਾ। ਸਾਡੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਗਿਆ, ਤਾਂ ਇਸ ਕਰਕੇ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਬਾਈ ਜੀ ਦਾ ਹੌਸਲਾ ਵਧਾਉਣ ਦੇ ਲਈ ਬਾਈ ਜੀ ਨੂੰ ਸੋਹਣੇ ਸੋਹਣੇ ਕਮੈਂਟ ਕਰੋ, ਤਾਂ ਜੋ ਸਾਡੇ ਅਜਿਹੇ ਨੌਜਵਾਨ ਅੱਗੇ ਆ ਸਕਣ ਅਤੇ ਉਹਨਾਂ ਦਾ ਜਿਹੜਾ ਹੌਸਲਾ ਅਫਜ਼ਾਈ ਤੁਸੀਂ ਕਮੈਂਟਾਂ ਰਾਹੀਂ ਜੇਕਰ ਕਰੋਗੇ ਤਾਂ ਉਹੀ ਸਾਡੇ ਜਿਹੜੇ ਸਾਨੂੰ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦੀ ਲੋੜ ਨਹੀਂ, ਅਸੀਂ ਆਪਦੇ ਪੰਜਾਬ ਦੇ ਵਿੱਚ ਰਹਿ ਕੇ, ਅਸੀਂ ਆਪਦੇ ਦੇਸ਼ ਦੇ ਵਿੱਚ ਰਹਿ ਕੇ, ਅਸੀਂ ਆਪਦੇ ਹਿੰਦੁਸਤਾਨ ਦਾ ਜਾਂ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਸਕਦੇ ਹਾਂ। ਤਾਂ ਦੇਖ ਸਕਦੇ ਹੋ ਤੁਸੀਂ ਬੜੇ ਸੋਹਣੇ ਸੋਹਣੇ ਡਿਜ਼ਾਇਨ ਬਾਈ ਜੀ ਨੇ ਦੱਸ ਰਹੇ ਨੇ, ਤਾਂ ਬਹੁਤ ਸੋਹਣੇ ਸੋਹਣੇ ਡਿਜ਼ਾਇਨ ਨੇ। ਜੇ ਗੱਲ ਕਰਦੇ ਹਾਂ ਮਹਾਰਾਜਿਆਂ ਵਰਗੀ ਲੁੱਕ ਬਾਈ ਜੀ ਨੇ ਦੇ ਰੱਖੀ ਆ ਤਾਂ ਟੇਬਲਾਂ ਦੀ, ਤਾਂ ਜਿਹੜੇ ਰਾਜੇ ਮਹਾਰਾਜੇ ਜੇਕਰ ਗੱਲ ਕਰੀਏ ਤਾਂ ਹੈ ਬਾਈ, ਜੇ ਰਾਜੇ ਮਹਾਰਾਜੇ ਪਹਿਲਾਂ ਇਹ ਫੀਲਿੰਗ ਹੀ ਪੁਰਾਣੇ ਰਾਜੇ ਮਹਾਰਾਜਿਆਂ ਵਰਗੀ ਦੇ ਰਹੇ ਹੋ ਤੁਸੀਂ। ਇਹ ਸੰਦੂਕ ਆ ਕੇ ਜੀ, ਆਪਾਂ ਨੇ ਦੇਖੋ ਪਹਿਲਾਂ ਵਾਲਾ ਮਤਲਬ ਜਿਹੜਾ ਹੁੰਦਾ ਸੀਗਾ ਕਿ ਪਹਿਲਾ ਜ਼ਮਾਨਾ ਹੁੰਦਾ ਸੀ, ਸੰਦੂਕ ਰੱਖੇ ਕਰਦੇ ਸੀ ਲੋਕ ਆਪਦੇ ਘਰਾਂ 'ਚ, ਪੋਟ ਰੱਖੇ ਕਰਦੇ ਸੀਗੇ ਵਧੀਆ ਲੱਕੜ ਦੀ ਫਿਨਿਸ਼ 'ਚ, ਮਤਲਬ ਕਿ ਪੋਟ ਹੋ ਗਏ, ਸੰਦੂਕ ਹੋ ਗਏ ਜੀ, ਸਾਈਡ ਟੇਬਲ ਹੋ ਗਏ, ਜਿਵੇਂ ਦੇਖੋ ਲੱਕੜ ਦੇ ਵਿੱਚ ਆਪਣੇ ਕੋਲ ਕਲੋਕਸ ਹੋ ਗਏ ਅਤੇ ਕਲੋਕ ਹੋ ਗਏ, ਟਾਈਮ ਪੀਸ ਹੋ ਗਏ ਜੀ, ਸਾਰੇ ਮਤਲਬ ਜਿੰਨਾ ਵੀ ਆਈਟਮ ਹੈਗੀ ਆਪਣੇ ਕੋਲ ਵੁੱਡਨ ਦੇ ਵਿੱਚ, ਆਪਣੇ ਪੁਰਾਣੇ ਜ਼ਮਾਨੇ ਨੂੰ ਵੀ ਛੱਡਿਆ ਨੀਗਾ, ਜਿਵੇਂ ਜਿਵੇਂ ਆਪਣੇ ਕੋਲ ਸੋਫੇ ਨੇ ਅਤੇ ਨਾਲ ਨਾਲ ਉਹਨਾਂ ਦੇ ਮਤਲਬ ਜਿਵੇਂ ਆਹ ਦੇਖੋ ਇਹ ਆਪਣੇ ਕੋਲ ਪਿਆ, ਮਤਲਬ ਇਹਦੇ ਵਿੱਚ ਕੀ ਹੈ ਜੀ, ਜੇ ਆਪਾਂ ਇਹਨੂੰ
ਕੈਸੇਟ ਹੈਗੀ ਹੈ, ਮਤਲਬ ਵਿਦਆਊਟ ਇਲੈਕਟ੍ਰੀਸਿਟੀ ਚੱਲਦਾ ਇਹ ਜੀ। ਮਤਲਬ ਇਹਦੇ ਵਿੱਚ ਜੇ ਆਪਾਂ ਇਹਨੂੰ ਮਤਲਬ ਸਰਕਲ ਕਰ ਦਿਆਂਗੇ ਇਹਨੂੰ ਜੀ ਜੀ, ਤਾਂ ਇਹਦੇ ਮਤਲਬ ਗਾਣੇ ਚੱਲਦੇ ਨੇ ਜੀ ਇਹਦੇ ਵਿੱਚੋਂ ਜੀ 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 ਜੀ। ਜਿਵੇਂ ਪਹਿਲਾਂ ਜ਼ਮਾਨੇ 'ਚ ਕੋਈ ਮਤਲਬ ਟੀਵੀ ਨਹੀਂ ਹੁੰਦੇ ਸੀਗੇ, ਪੁਰਾਣੇ ਜ਼ਮਾਨੇ ਦੀ ਕਹਿਣ ਦਾ ਮਤਲਬ ਫੀਲਿੰਗ ਦਵਾ ਦਿੰਦੇ ਹੋ, ਪੂਰੀ ਫੀਲਿੰਗ ਦੇ ਦਿੰਦੇ। ਬਿਲਕੁਲ 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 ਬਿਲਕੁਲ। ਉਹ ਦੇਖਣ 'ਚ ਹੀ ਪਤਾ ਲੱਗ ਰਿਹਾ ਤੁਸੀਂ ਆਪਣਾ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਹੇ ਹੋ ਬਰੇਟਾ ਮੰਡੀ ਦੇ ਵਿੱਚ ਐਡਾ ਵੱਡਾ ਸ਼ੋਰੂਮ, ਅਤੇ ਤੁਹਾਨੂੰ ਡਰ ਨਹੀਂ ਲੱਗਦਾ ਕਿ ਰਿਸਪੋਂਸ ਕਿਸ ਤਰ੍ਹਾਂ ਦਾ ਰਹੇਗਾ? ਸਾਡੇ ਕੋਲ ਤਾਂ ਰਿਸਪੋਂਸ ਬਹੁਤ ਵਧੀਆ, ਕਿਉਂਕਿ ਮੇਰੇ ਲਈ ਜੋ ਵੀ ਕਸਟਮਰ ਹੈ, ਜ਼ਿਆਦਾ ਕਸਟਮਰ ਆਉਂਦੇ ਨੇ ਸਾਡੇ ਕੋਲ ਮੋਹਾਲੀ, ਚੰਡੀਗੜ੍ਹ ਦਾ, ਪਟਿਆਲੇ ਦਾ ਕਸਟਮਰ ਹੋ ਗਿਆ, ਬਲਕਿ ਨਾਭਾ ਰਸਤੇ ਦੇ ਵਿੱਚ ਪੈਂਦਾ ਉਹਨਾਂ ਨੂੰ, ਜਦੋਂ ਨਾਭੇ ਉਹ ਸਟੇਅ ਕਰਕੇ ਮਤਲਬ ਇੱਕ ਦਿਨ ਰੁਕਦੇ ਨੇਗੇ ਉੱਥੇ, ਫਰਨੀਚਰ ਦੇਖਦੇ ਨੇਗੇ, ਤਾਂ ਉਹਨਾਂ ਨੂੰ ਜਦੋਂ ਰੇਟ ਸੁਣ ਕੇ ਜਦੋਂ ਮੇਰੇ ਲਈ ਵਾਪਿਸ ਆਉਂਦੇ ਨੇ, ਉਹ ਕਹਿੰਦੇ ਨੇ ਸਰ ਤੁਸੀਂ ਤਾਂ ਬਹੁਤ ਸਸਤੇ ਹੋਗੇ ਉਹਨਾਂ ਨਾਲੋਂ, ਕਿਉਂਕਿ ਆਪਾਂ ਨੇ ਕੋਈ ਐਡਵਰਟਾਈਜ਼ਮੈਂਟ ਦਾ ਖਰਚਾ ਨਹੀਂ ਹੈਗਾ ਆਪਣਾ, ਕੋਈ ਆਪਣੇ ਕੋਲ ਮਤਲਬ ਕਿ ਐਵੇਂ ਨਹੀਂ ਹੈਗਾ ਕਿ ਆਪਾਂ ਨੂੰ ਰੈਂਟ ਪੈਂਦਾ, ਸਾਰੀ ਆਪਣੀ ਖੁਦ ਦੀ ਜਗ੍ਹਾ ਹੈਗੀ, ਆਪਣੇ ਆਟੋਮੈਟਿਕ ਰੇਟ ਸਸਤੇ ਹੋਣੇ ਨੇ ਜੀ। ਜੀ, ਤਾਂ ਇਹ ਸਾਡਾ ਵੀਡੀਓ ਬਣਾਉਣ ਦਾ ਮੁੱਖ ਮਕਸਦ ਇਹੀ ਹੈ ਕਿ ਲੋਕਾਂ ਤੱਕ ਇਹ ਪਹੁੰਚ ਹੋ ਸਕੇ ਕਿ ਵਾਕਈ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਇੰਨੀ ਸੋਹਣੀ ਜਿਹੜੀ ਲਗਜ਼ਰੀ ਸੋਫਿਆਂ ਦੀ ਫੈਕਟਰੀ ਹੈਗੀ ਆ, ਲਗਜ਼ਰੀ ਗੱਦੇ ਮਿਲਦੇ ਨੇ, ਸਾਰਾ ਕੰਮ ਜਿਹੜਾ ਇਹਨਾਂ ਦਾ ਲਗਜ਼ਰੀ ਹੈ, ਤਾਂ ਰੇਟ ਜੇ ਗੱਲ ਕਰੀਏ ਵਾਜਿਬ ਰੇਟਾਂ ਦੇ ਉੱਤੇ, ਤਾਂ ਬਾਈ ਜੀ ਦੱਸ ਰਹੇ ਨੇ ਕਿ ਤੁਸੀਂ ਕੋਈ ਵੀ ਅਗਰ ਗੂਗਲ 'ਤੇ ਵੀ ਅਗਰ ਕੋਈ ਸਰਚ ਡਿਜ਼ਾਇਨ ਕਰਦੇ ਹੋ ਤਾਂ ਤੁਹਾਨੂੰ ਉਸੇ ਤਰ੍ਹਾਂ ਡਿਜ਼ਾਇਨ ਦਾ ਜਿਹੜਾ ਸੋਫਾ ਜਾਂ ਬੈੱਡ ਜਾਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਸਮਾਨ ਜਿਹੜਾ ਤੁਹਾਨੂੰ ਬਣਾ ਕੇ ਦੇ ਸਕਦੇ ਨੇ ਜੀ। ਹੋਰ ਕੀ ਕਹਿਣਾ? ਦੇਖੋ ਆ ਜਾਓ, ਤੁਹਾਨੂੰ ਮੈਂ ਜਿਵੇਂ ਆਪਣੇ ਰੂਮ ਦੇ ਵਿੱਚ ਕਾਫੀ ਚੇਅਰਸ ਲੱਗਦੀਆਂ ਨੇ ਜੀ, ਜੀ ਇਹ ਕਾਫੀ ਚੇਅਰਸ ਆ ਗਈਆਂ ਜੀ 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 ਜੀ। ਜੇ ਰੂਮ ਦੇ ਵਿੱਚ ਆਪਾਂ ਮਤਲਬ ਇੱਕ ਚੇਅਰ ਲਾਣੀ ਹੈ, ਡਬਲ ਚੇਅਰ ਲਾਣੀ ਹੈ, ਇਹ ਜ਼ਿਆਦਾਤਰ ਸਾਡੀ ਸਪਲਾਈ ਹੁੰਦੀ ਆ ਹੋਟਲਸ ਦੇ ਵਿੱਚ ਜੀ ਜੀ ਜੀ। ਹੋਟਲ ਦੇ ਵਿੱਚ ਜਿਵੇਂ ਬੈੱਡ ਦੇ ਨਾਲ 2 ਚੇਅਰਸ ਲੱਗੀਆਂ ਹੁੰਦੀਆਂ ਨੇ, ਜਿਵੇਂ ਆਜੋ ਤੁਹਾਨੂੰ ਇੱਧਰ ਦਿਖਾਉਂਦਾ ਮੈਂ ਜੀ 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 ਜੀ। ਇਹ ਦੇਖੋ ਇੱਕ ਗੱਲ ਹੋਰ ਹੈ ਕਿ ਡਿਜ਼ਾਇਨ ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਦੇ ਦਿਓ ਸਾਨੂੰ ਜੀ, ਕੋਈ ਟਰਕਿਸ਼ ਡਿਜ਼ਾਇਨ ਹੋਵੇ, ਤੁਸੀਂ ਔਨਲਾਈਨ ਜਿਹੋ ਜਿਹਾ ਮਰਜ਼ੀ ਡਿਜ਼ਾਇਨ ਦੇ ਦਿਓ, ਉਹ ਸਾਡੇ ਖੁਦ ਇੱਥੇ ਮੈਂ ਖੁਦ ਡਿਜ਼ਾਇਨ ਕਰਕੇ ਬਣਾਊਂਗਾ ਉਹ ਜੀ 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 ਜੀ। ਇਹ ਡਿਜ਼ਾਇਨ ਹੈ ਜਿਵੇਂ ਇਹ ਮੈਨੇ ਖੁਦ ਡਿਜ਼ਾਇਨ ਕੀਤਾ ਹੋਇਆ ਜੀ ਡਿਜ਼ਾਇਨ ਜੀ, ਤਾਂ ਬਹੁਤ ਵਧੀਆ ਜਿਹੜਾ ਇਹ ਬੈੱਡ ਆ ਗਏ, ਦੇਖੋ ਬੈੱਡ ਸੈੱਟ ਆ ਗਏ, ਨਾਲ ਇਹਦੇ ਕਾਫੀ ਚੇਅਰਸ ਪਈਆਂ ਨੇਗੀਆਂ ਜੀ 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 ਜੀ। ਬਿਲਕੁਲ ਬਿਲਕੁਲ ਬਿਲਕੁਲ, ਦੇਖ ਸਕਦੇ ਹੋ ਬੈੱਡ ਸੈੱਟ ਵੀ ਬਣ ਜਾਂਦਾ ਜੀ, ਜਿਵੇਂ ਦਾ ਤੁਸੀਂ ਕਹੋਗੇ, ਮਤਲਬ ਜਿਵੇਂ ਦਾ ਕਸਟਮਰ ਕਹਿੰਦਾ ਆਪਾਂ ਨੂੰ ਉਵੇਂ ਦੀ ਆਪਾਂ ਬਣਾ ਕੇ ਦੇ ਦਿੰਦੇ ਹਾਂ ਇਹਨੂੰ। ਤਾਂ ਬਹੁਤ ਵੱਡੀ ਗੱਲ ਦੱਸ ਰਹੇ ਨੇ ਕਿ ਸ਼ੋਅਰੂਮ ਦੇ ਵਿੱਚ ਤੁਸੀਂ ਅਗਰ ਵਿਜ਼ਿਟ ਕਰੋਗੇ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਇਹ ਸ਼ੋਅਰੂਮ ਦੇ ਰੇਟ ਅਤੇ ਸ਼ੋਅਰੂਮ ਦੀ ਕੁਆਲਿਟੀ ਦਾ ਅਤੇ ਸ਼ੋਅਰੂਮ ਦੇ ਜਿਹੜੇ ਫਿਕਸਡ ਪ੍ਰਾਈਸ ਦਾ ਤੁਹਾਨੂੰ ਜਿਹੜਾ ਇਹ ਪਤਾ ਚੱਲੇਗਾ। ਹੋਰ ਕੀ ਕਹਿਣਾ ਚਾਹੋਗੇ ਜੀ ਲਾਸਟ ਦੇ ਵਿੱਚ, ਕੁਛ ਕਹਿਣਾ ਚਾਹੋਗੇ ਜੀ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਦੇਖੋ ਜੇ ਤਾਂ ਮਤਲਬ ਬਹੁਤ ਵਧੀਆ ਫਰਨੀਚਰ ਲੈਣਾ ਅਤੇ ਤੁਸੀਂ ਬਹੁਤ ਬੈਸਟ ਰੇਟ ਲੈਣੇ ਨੇਗੇ, ਆਪਾਂ ਨੂੰ ਹਾਈ ਫਾਈ ਵੀ ਹੋ ਜਾਵੇ ਫਰਨੀਚਰ ਆਪਣੇ ਘਰ ਦੇ ਵਿੱਚ ਅਤੇ ਰੇਟ ਬੈਸਟ ਵੀ ਮਿਲ ਜੇ ਆਪਾਂ ਨੂੰ, ਤਾਂ ਤੁਹਾਡੇ ਕੋਲ ਇੱਕੋ ਹੀ ਸਲਿਊਸ਼ਨ ਹੈ ਕਿ ਅਲੱਕਿਆ ਫਰਨੀਚਰ ਬਰੇਟਾ ਮੰਡੀ ਦੇ ਵਿੱਚ ਮਾਨਸਾ ਡਿਸਟ੍ਰਿਕਟ। ਮੇਰਾ ਨੰਬਰ ਤੁਹਾਡੇ ਲਈ ਸਕਰੀਨ 'ਤੇ ਸ਼ੋ ਹੀ ਹੋ ਜੂਗਾ ਅਤੇ ਤੁਸੀਂ ਮੈਨੂੰ ਕੰਟੈਕਟ ਕਰਕੇ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ। ਆਪਣੀ ਫਰਮ ਬਾਲਾਜੀ ਇੰਟਰਨੈਸ਼ਨਲ ਦੇ ਨਾਮ 'ਤੇ ਹੈ, ਬ੍ਰਾਂਡ ਆਪਣਾ ਅਲੱਕਿਆ ਫਰਨੀਚਰ ਦੇ ਨਾਮ 'ਤੇ ਹੈ ਜੀ ਜੀ। ਤਾਂ ਇੰਸਟਾਗ੍ਰਾਮ 'ਤੇ ਅਗਰ ਗੱਲ ਕਰੀਏ ਤਾਂ ਕਿਸ ਨਾਮ 'ਤੇ ਤੁਹਾਡਾ ਜਿਹੜਾ? ਇੰਸਟਾਗ੍ਰਾਮ 'ਤੇ ਆਪਣੇ ਕੋਲ ਅਲੱਕਿਆ ਫਰਨੀਚਰ ਦੇ ਨਾਮ 'ਤੇ ਹੀ ਆਪਣਾ ਪੇਜ ਹੈ, ALEKYA ਫਰਨੀਚਰ ਜੀ। ਤਾਂ ਡਿਸਪਲੇ ਦੇ ਉੱਤੇ ਅਸੀਂ ਤੁਹਾਨੂੰ ਕੰਟੈਕਟ ਨੰਬਰ ਅਤੇ ਇਹਨਾਂ ਦੀ ਜਿਹੜੀ ਇੰਸਟਾਗ੍ਰਾਮ ਦੀ ID ਉਹ ਮੈਂਸ਼ਨ ਕਰ ਦਾਂਗੇ।
ਤੁਸੀਂ ਅੱਜ ਕੱਲ੍ਹ ਹਰ ਇੱਕ ਬੰਦਾ ਸੋਸ਼ਲ ਮੀਡੀਆ ਚਲਾਉਂਦਾ, ਤਾਂ ਸੋਸ਼ਲ ਮੀਡੀਆ ਨੂੰ ਮੁੱਖ ਰੱਖਦੇ ਹੋਏ ਤੁਸੀਂ ਜ਼ਰੂਰ ਇੱਥੇ ਆਸ ਪਾਸ ਦੇ, ਅਗਰ ਸਾਡੇ ਪਿੰਡਾਂ ਦੇ ਜਿਹੜੇ ਆਸ ਪਾਸ ਦੇ ਜਿਹੜੇ ਲੋਕ ਨੇ ਜਾਂ ਦੂਰ ਦੁਰਾਡੇ ਲੋਕ ਨੇ, ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। ਔਰ ਬਾਈ ਦਾ ਹੌਸਲਾ ਅਫਜ਼ਾਈ ਲਈ ਮੈਂ ਦੁਬਾਰਾ ਤੋਂ ਫਿਰ ਕਹਾਂਗਾ ਕਿ ਕਮੈਂਟ ਕਰਕੇ, ਵੀਡੀਓ ਨੂੰ ਸ਼ੇਅਰ ਕਰਕੇ ਔਰ ਬਾਈ ਦਾ ਹੌਸਲਾ ਅਫਜ਼ਾਈ ਲਈ ਜ਼ਰੂਰ ਆਪਣੇ ਘਰ ਜਿਹੜੇ ਸੋਫੇ ਲਗਜ਼ਰੀ ਜਿਹੜਾ ਘਰ ਘੱਟ ਕੀਮਤ ਦੇ ਉੱਤੇ ਜਿਹੜਾ ਸਮਾਨ ਮੰਗਵਾਓ। ਮਿਲਦੇ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਸਾਨੂੰ ਇੱਜ਼ਤ।